वाहे गुरु जिता जियो पिंड सब तेरा तू अंतर जमी पुरख भगवान दासन दास कह जन नानक जेहा तू करा है तेहा हूँ करी वख्यान। वाहेगुरु साहिब जी कबीर डूबा था पै उबरियो गुण की लहर च भक जब देखियो बेड़ा जर्जरा उतर परियो फ्रक जुग हो जुग अटल चवर शतर तख दे मालक परम सन्मान योग सतगुरु गुरु ग्रंथ साहिब जी की मुबारक हजूरी अंदर सुभाईमान सत्संगी जनो सतगुरां दी अपार बख्शिश रहम सत्कार सतगुरु गुरु नानक साहिब सच्चे पातशाह जी दे 550 साल प्रकाश गुरपुरब के संबंध में जो समागम उलीके गए हैं उन्हां दे तहत ही अज ये बहुत वड्डा समागम गुरद्वारा श्री मस्तगढ़ साहिब विखे हो रहा है। इस सारे समागम जो कीते जा रहे हैं इन्हां समागमां दे अंदर वार वार एक वचन कीता जांदा है कि ऐ मनुख इस संसार दे अंदर रहिंदे अपना जीवन पद्धर थोड़ा जा बदल लै जो तू जीवन दी असलियत समझ रहा है वह सच नहीं है सच कुछ होर है जिस कारण करके तू जिंदगी दे अंदर वो कर्म कर रहा है जिंदे नाल तू इस संसार समुंदर तो पार नहीं हो सकता। इस संसार समुंदर जिस दी वार वार साढ़े सामने गल की गई गुरु नानक साहब ने जिसका जिक्र रैरास की बाणी अंदर भी पाया है कि मैं अखा नाल देखे है बड़े लोग उस दे विच डुब रहे ने। आपने इस दे बारे विचार करनी कि संसार समुंदर है कि ते नाल ही ये बचन भी जो बाणी के अंदर सतगुरु ही दसते हैं हाउ कैन वी क्रॉस ओवर दिस टेरीफाइंग ओशियन कि असी इस नूं किवें तर सकते हैं। गुरु जी ने ही सानू तरीका दसिया है सो विचार आरंभ करन तो पहला फतेह प्रवान करो जी। वाहेगुरु जी का खालसा वाहेगुरु जी की फतेह। हुण भगत कबीर जी ने अपने श्लोकों के अंदर यह बचन लिखे है कबीर बेड़ा जर जरा कि जिहड़ा मेरा शरीरिक बेड़ा सी ना ये बजुर्ग हो गया समय के नाल ते मैनू लगता है कि मैं हुण इस बेड़े ते बह के संसार के किनारे तक नहीं पहुंचागा मैं किते भी डुब सकता किते भी
ਅਤੇ ਮੈਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਮੈਂ ਇਸ ਵਿਹੜੇ ਦੇ ਵਿੱਚੋਂ ਛਾਲ ਮਾਰ ਦਿੱਤੀ। ਹੁਣ ਇੱਕ ਗੱਲ ਤਾਂ ਨੋਟ ਕਰਨ ਵਾਲੀ ਹੈ ਕਿ ਕੋਈ ਬੰਦਾ ਕਿਸੇ ਕਿਸ਼ਤੀ 'ਤੇ ਵਿਹੜੇ 'ਤੇ ਬਹਿ ਕੇ ਸਮੁੰਦਰ ਦੇ ਵਿੱਚ ਜਾ ਰਿਹਾ ਹੋਵੇ ਅਤੇ ਰਸਤੇ 'ਚ ਉਹਨੂੰ ਲੱਗੇ ਕਿ ਇਹ ਜਿਹੜਾ ਵਿਹੜਾ ਜਿਹਦੇ 'ਤੇ ਮੈਂ ਬੈਠਾ ਹੈ ਕਿਸੇ ਵੇਲੇ ਵੀ ਡੁੱਬ ਸਕਦਾ ਹੈ, ਤਾਂ ਉਹ ਛਾਲ ਮਾਰੇ ਅਤੇ ਕਿੱਡਾ ਮਰਜ਼ੀ ਵੱਡਾ ਤੈਰਾਕ ਹੋਵੇ ਉਹ ਸਮੁੰਦਰ ਦੇ ਕਿਨਾਰੇ ਤੱਕ ਨਹੀਂ ਪਹੁੰਚ ਸਕਦਾ, ਰਾਹ 'ਚ ਹੀ ਡੁੱਬ ਜਾਏਗਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਂ ਜਦੋਂ ਇਹ ਚੀਜ਼ ਵੇਖੀ, ਨੋਟ ਕੀਤੀ ਕਿ ਮੈਂ ਪਾਰ ਨਹੀਂ ਜਾ ਸਕਦਾ, ਮੈਂ ਛਾਲ ਮਾਰ ਗਿਆ ਥੱਲੇ, ਮੈਂ ਬਚ ਗਿਆ। ਹੁਣ ਉਹ ਕਿਹੜਾ ਸਮੁੰਦਰ ਹੈ, ਕਿਹਦੇ ਵਿੱਚੋਂ ਉਹਨਾਂ ਨੇ ਛਾਲ ਮਾਰੀ, ਉਸ ਦਾ ਜ਼ਿਕਰ ਸਤਿਗੁਰ ਲਿਖਦੇ ਨੇ। ਸਮੁੰਦਰ ਦੇ ਅੰਦਰ ਡੁੱਬਣ ਦੇ ਤਿੰਨ ਕਾਰਨ ਹੁੰਦੇ। ਪਹਿਲਾ ਕਾਰਨ ਹੈ ਸਮੁੰਦਰ ਦੇ ਅੰਦਰ ਤੂਫਾਨ ਆ ਜਾਣਾ। ਦੂਸਰਾ ਹੈ ਜਿਸ ਕਿਸ਼ਤੀ 'ਤੇ ਅਸੀਂ ਬਹਿ ਕੇ ਜਾ ਰਹੇ ਹਾਂ ਉਸ ਕਿਸ਼ਤੀ ਦਾ ਜਿਹੜਾ ਮਲਾਹ ਹੈ ਉਹ ਮਾੜਾ ਹੋਵੇ, ਸਿਆਣਾ ਨਾ ਹੋਵੇ, ਉਹ ਵੀ ਡੁੱਬ ਦਿੰਦਾ ਹੈ, ਉਹ ਵੀ ਪਾਰਲੇ ਬੰਨੇ ਨਹੀਂ ਲਾਉਂਦਾ। ਤੀਜੀ ਗੱਲ ਜੀ ਉਸ ਬੇੜੇ ਦੇ ਅੰਦਰ ਸੁਰਾਕ ਹੋ ਜਾਣਾ ਅਤੇ ਜਦੋਂ ਪਾਣੀ ਪੈ ਜਾਏ ਤਾਂ ਫਿਰ ਵੀ ਉਹ ਬੇੜੀ ਡੁੱਬ ਜਾਂਦੀ ਹੈ। ਹੁਣ ਇਸ ਬੇੜੀ ਦਾ ਜ਼ਿਕਰ ਜਿਹੜੀ ਦਾ ਉਹ ਕਰਦੇ ਨੇ ਉਹ ਸਾਡੇ ਸਰੀਰ ਰੂਪੇ ਬੇੜੇ ਦਾ ਕਰਦੇ ਨੇ ਕਿ ਸਾਡੇ ਜੀਵਨ ਰੂਪੀ ਇਸ ਸਮੁੰਦਰ ਦੇ ਅੰਦਰ ਸਭ ਤੋਂ ਪਹਿਲਾ ਤੂਫਾਨ ਕਿਹੜਾ ਹੈ, ਉਹ ਤੂਫਾਨ ਹੈ ਵਿਕਾਰਾਂ ਦਾ। ਉਹਦੇ ਬਾਰੇ ਸਤਿਗੁਰ ਬਾਣੀ 'ਚ ਲਿਖਦੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਕ ਕੁੰਚਰ ਏਕ ਦੋਖ ਵਿਨਾਸ਼, ਕਿ ਜਿਹੜੇ ਜੰਤੂ ਸਨ ਇਹਨਾਂ ਦੇ ਵਿੱਚ ਇੱਕ ਇੱਕ ਔਗਣ ਸੀ, ਭਾਵੇਂ ਉਹ ਹਾਥੀ ਹੈ, ਭਾਵੇਂ ਉਹ ਪਤੰਗਾ ਹੈ, ਭਾਵੇਂ ਉਹ ਮਛਲੀ ਹੈ। ਸਾਹਿਬ ਕਹਿੰਦੇ ਇਹਨਾਂ ਸਾਰਿਆਂ ਦੇ ਅੰਦਰ ਇੱਕ ਇੱਕ ਔਗਣ ਸੀ ਜਿਹਦੇ ਕਰਕੇ ਇਹਨਾਂ ਦਾ ਜੀਵਨ ਖਤਮ ਹੋਇਆ ਹੈ। ਕਹਿੰਦੇ ਪੰਚ ਰੋਗ ਅਸਾਧ ਜਾਮੈ ਤਾਂ ਕਿ ਕਿਤ ਕਿਆਸ, ਉਹ ਸਾਡੇ ਅੰਦਰ ਤਾਂ ਪੰਜ ਵਿਕਾਰ ਨੇ, ਕਹਿੰਦੇ ਉਹਨਾਂ ਪੰਜਾਂ ਵਿਕਾਰਾਂ ਵਾਲਾ ਕਿਵੇਂ ਪਾਰ ਲੱਗੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਰਹਿਰਾਸ ਦੀ ਬਾਣੀ ਦੇ ਅੰਦਰ, ਉਹ ਲਿਖਦੇ ਨੇ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਕਿਹਾ ਜਿਹੜਾ ਸੰਸਾਰ ਹੈ ਨਾ ਇੱਕ ਭਿਆਨਕ ਸਮੁੰਦਰ ਦਾ ਰੂਪ ਅਖਤਿਆਰ ਕਰ ਚੁੱਕੇ ਅਤੇ ਕਹਿੰਦੇ ਸਮੁੰਦਰ ਦੇ ਵਿੱਚ ਬੰਦਾ ਡੁੱਬਦਾ ਕਦੋਂ, ਜਦੋਂ ਥੱਲੇ ਚਿੱਕੜ ਹੋਵੇ ਅਤੇ ਉਹ ਛਾਲ ਮਾਰੇ ਅਤੇ ਜਦੋਂ ਪੈਰ ਵਿੱਚ ਖੁੱਭ ਜਾਂਦੇ ਨੇ ਉਹ ਬਾਹਰ ਹੀ ਨਾ ਆਵੇ ਅਤੇ ਉੱਤੋਂ ਪਾਣੀ ਉਸਨੂੰ ਡੁੱਬ ਦਿੰਦਾ। ਸਾਹਿਬ ਕਹਿੰਦੇ ਨੇ ਕਹਿੰਦੇ ਬਿਲਕੁਲ ਉਵੇਂ ਇਹ ਭਿਆਨਕ ਸਮੁੰਦਰ ਦੇ ਅੰਦਰ ਪਾਣੀ ਦੀ ਜਗ੍ਹਾ 'ਤੇ ਤ੍ਰਿਸ਼ਨਾ ਦੀ ਅੱਗ ਹੈ, ਪਾਣੀ ਪਾਵਕ ਤਿਨਹੇ ਕੀਆ। ਅਤੇ ਕਹਿੰਦੇ ਉਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਡੁੱਬਦਾ ਕਿਹੜਾ ਹੈ, ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਹ ਡੂਬਲੇ। ਕਹਿੰਦੇ ਮੋਹ ਦੇ ਚਿੱਕੜ ਦੇ ਅੰਦਰ ਜਿਸ ਮਨੁੱਖ ਦਾ ਮਨ ਪਰਿਵਾਰ ਨਾਲ ਜੁੜ ਜਾਂਦਾ ਹੈ ਉਸ ਮੋਹ ਦੇ ਚਿੱਕੜ ਦੇ ਵਿੱਚੋਂ ਕਦੇ ਪਾਰ ਲੰਘਦਾ ਨਹੀਂ ਹੈ। ਮੋਹ ਦੇ ਚਿੱਕੜ ਵਾਲਾ ਬੰਦਾ ਉਸਦੇ ਬਾਰੇ ਸਤਿਗੁਰੂ ਬਾਣੀ 'ਚ ਲਿਖਦੇ ਨੇ ਕਿ ਉਹ ਬੰਦਾ ਕਿਸੇ ਨਾਲ ਵੀ ਧੋਖਾ ਕਰੇਗਾ, ਉਹ ਪਰਾਇਆ ਧਨ ਲੁੱਟ ਲੁੱਟ ਕੇ ਆਪਣੇ ਘਰ ਦੇ ਜੀਆਂ ਦੇ ਉੱਤੇ ਲੁਟਾਈ ਜਾਏਗਾ, ਦਿਨ ਰਾਤ ਖਰਚੇਗਾ। ਉਹਦੇ ਅੰਦਰ ਇੰਨੀ ਕੁ ਗੱਲ ਵਸ ਚੁੱਕੀ ਹੈ ਕਿ ਮੇਰਾ ਪਰਿਵਾਰ ਹੀ ਸਭ ਕੁਝ ਹੈ, ਮੋਹ ਦੇ ਮਾਰਿਆ ਹੋਇਆ ਬੰਦਾ ਕਹਿੰਦੇ ਸੈਂਸ ਖਟੇ ਲੱਕੋੜ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਉਹ ਹਜ਼ਾਰਾਂ ਕਮਾਉਂਦਾ ਹੈ, ਹਜ਼ਾਰਾਂ ਤੋਂ ਲੱਖਾਂ 'ਤੇ ਚਲਾ ਜਾਂਦਾ ਹੈ, ਫਿਰ ਵੀ ਉਹ ਖੁਸ਼ ਨਹੀਂ ਹੁੰਦਾ, ਤ੍ਰਿਪਤ ਨਹੀਂ ਹੁੰਦਾ। ਸਤਿਗੁਰ ਕਹਿੰਦੇ ਨੇ ਬਿਲਕੁਲ ਇਵੇਂ ਹੀ ਉਹ ਬੰਦਾ ਕੀ ਕਰਦਾ, ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਸੰਸਾਰ ਜਿਹੜਾ ਹੈ ਨਾ ਇਹ ਪਹਿਲਾਂ ਭਿਆਨਕ ਨਹੀਂ ਸੀ, ਪਹਿਲਾਂ ਇਹ ਸੰਸਾਰ ਬੜਾ ਖੂਬਸੂਰਤ ਸੀ। ਬਾਣੀ ਦੇ ਵਿੱਚ ਬਕਾਇਦਾ ਜ਼ਿਕਰ ਹੈ ਕਿ ਪਹਿਲ ਪੁਰੀਏ ਪੁੰਡਰਕ ਵਣਾ ਤਾਂ ਚੇ ਹੰਸਾ ਸਗਲੇ ਜਨਾ। ਇਹ ਸੰਸਾਰ ਜਦੋਂ ਪਰਮੇਸ਼ਰ ਨੇ ਬਣਾਇਆ, ਉਹਨੇ ਕ੍ਰੀਏਟ ਕੀਤਾ ਹੈ, ਉਦੋਂ ਇਹ ਕਮਲ ਦੇ ਫੁੱਲਾਂ ਦੇ ਵਾਂਗ ਅੱਤ ਦਾ ਖੂਬਸੂਰਤ ਸੀ। ਇਸ ਖੂਬਸੂਰਤ ਬਗੀਚੇ ਦੇ ਅੰਦਰ ਮਨੁੱਖ
ਹੰਸ ਦੇ ਵਾਂਗ ਸ਼ੋਭਦਾ ਸੀ। ਤਾਂ ਚੇ ਹੰਸਾ ਸਗਲੇ ਜਣਾ, ਅਸੀਂ ਹੰਸਾਂ ਵਾਂਗ ਬੜੇ ਸੋਹਣੇ ਲੱਗਦੇ ਸਾਂ, ਧਰਮੀ, ਇਮਾਨਦਾਰ, ਸੱਚ ਦੇ ਉੱਤੇ ਪਹਿਰਾ ਦੇਣ ਵਾਲੇ। ਕਿਸੇ ਦਾ ਵੀ ਕਿਰਦਾਰ ਨੀਵਾਂ ਜਾਂ ਮਾੜਾ ਨਹੀਂ ਸੀ। ਸਤਿਗੁਰ ਨੇ ਬਕਾਇਦਾ ਫਾਰਸੀ ਦੇ ਅੰਦਰ ਇਸ ਬਾਰੇ ਬਚਨ ਕੀਤਾ ਹੈ, ਖਾਕ ਨੂਰ ਕਰਦਮ ਆਲਮ ਦੁਨਿਆਏ, ਕਿ ਪਰਮਾਤਮਾ ਨੇ ਜਦੋਂ ਇਹ ਪੈਦਾ ਕੀਤਾ ਹੈ ਨਾ, ਸਭ ਤੋਂ ਪਹਿਲਾਂ ਖਾਕ ਧਰਤੀ ਬਣਾਈ ਹੈ, ਨੂਰ ਚਾਨਣ ਪ੍ਰਕਾਸ਼ ਸੂਰਜ ਜਿਹੜੇ ਪੈਦਾ ਕੀਤੇ, ਕਰਦਮ ਆਲਮ ਦੁਨਿਆਏ, ਕੀ ਕਹਿੰਦੇ ਅਸਮਾਨ ਜਿਮੀ ਦਰਖਤ ਆਪ ਪਦਾਇਸ ਖੁਦਾਏ, ਕਹਿੰਦੇ ਸਾਰੀ ਚੀਜ਼ ਜਦੋਂ ਬਣਾ ਦਿੱਤੀ, ਕਹਿੰਦੇ ਹਰ ਚੀਜ਼ ਅੱਜ ਵੀ ਸਮੇਂ ਦੇ ਮੁਤਾਬਕ ਇਮਾਨਦਾਰ ਹੀ ਹੈ, ਆਪਣੇ ਧਰਮ ਦੇ ਵਿੱਚ ਚੱਲ ਰਹੀ ਹੈ। ਆਪਾਂ ਕਹਿੰਦੇ ਨਾ ਕਲਯੁੱਗ ਆ ਗਿਆ ਜੀ, ਮਾੜਾ ਸਮਾਂ ਹੈ, ਜਦੋਂ ਧੀਆਂ ਪੁੱਤਰ ਗੱਲ ਨਹੀਂ ਸੁਣਦੇ, ਕੋਈ ਬੇਈਮਾਨੀ ਕਰਦਾ ਹੈ, ਕੋਈ ਮੰਦਾ ਕਰਮ ਕਰਦਾ ਹੈ, ਅਤੇ ਕਹਿੰਦੇ ਹਾਂ ਜੀ ਕਲਯੁੱਗ ਹੈ, ਸਮਾਂ ਹੀ ਮਾੜਾ ਹੈ। ਬਾਬਾ ਨਾਨਕ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ। ਉਹ ਕਹਿੰਦੇ ਨੇ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਕੋਈ ਚੰਦਰਮਾ ਹੈ ਜਿਹੜਾ ਤੂੰ ਕਹਿੰਦਾ ਵੀ ਪਹਿਲਾਂ ਸਤਯੁੱਗ ਸੀ, ਉਦੋਂ ਤਾਂ ਲੋਕ ਹੀ ਚੰਗੇ ਸਨ, ਸਮਾਂ ਵੀ ਚੰਗਾ ਸੀ, ਤਾਂ ਲੋਕ ਚੰਗੇ ਸੀ। ਸਤਿਗੁਰੂ ਕਹਿੰਦੇ ਨੇ ਸੋਈ ਚੰਦ, ਉਦੋਂ ਵੀ ਉਹ ਚੰਦਰਮਾ ਸੀ, ਅੱਜ ਵੀ ਉਹੀ ਚੰਦਰਮਾ, ਉਹੀ ਤਾਰੇ ਉਦੋਂ ਸੀ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੈ, ਜੁਗ ਜੁਗ ਥਾਮ ਖੇਲੈ। ਕੈਸੇ ਕਹਿੰਦੇ ਵਕਤ ਕਿੱਥੇ ਬਦਲੇ ਨਾ, ਤੇ ਅੱਜ ਤੂੰ ਇਹ ਕਹਿ ਸਕਦਾ ਵੀ ਹੁਣ ਜਦੋਂ ਸੂਰਜ ਚੜ੍ਹਦਾ ਜੀ ਉਦੋਂ ਹਨੇਰਾ ਹੋ ਜਾਂਦਾ ਤੇ ਤਾਰੇ ਨਿਕਲ ਆਉਂਦੇ ਨੇ, ਫਿਰ ਤਾਂ ਕਹੀਏ ਵੀ ਸਮਾਂ ਹੀ ਬਦਲ ਗਿਆ। ਜੇ ਤੂੰ ਕਵੇਂ ਵੀ ਚੰਦਰਮਾ ਚੜ੍ਹਦਾ ਤੇ ਦਿਨ ਚੜ੍ਹ ਜਾਂਦਾ, ਕਹਿੰਦੇ ਇੱਦਾਂ ਦਾ ਕੁਝ ਨਹੀਂ, ਸਭ ਕੁਝ ਬਿਲਕੁਲ ਧਰਮ ਦੇ ਵਿੱਚ ਬਿਲਕੁਲ ਉਵੇਂ ਦਾ ਉਵੇਂ ਹੈ। ਜੇ ਕੁਝ ਬਦਲਿਆ ਤੇ ਇਨਸਾਨ ਬਦਲਿਆ। ਗੁਰੂ ਜੀ ਨੇ ਫਾਰਸੀ ਦੇ ਅੰਦਰ ਲਿਖਿਆ ਨਾ ਵੀ ਸਾਰਾ ਕੁਝ ਉਹਨੇ ਬਣਾਇਆ ਹੈ, ਤੇ ਬੰਦੇ ਨੂੰ ਕਿਹਾ ਬੰਦੇ ਚਸ਼ਮ ਦੀਦੰਗ, ਅੱਖਾਂ ਨਾਲ ਵੇਖ, ਧਿਆਨ ਨਾਲ, ਫਨਾਏ ਆ ਸਾਰਾ ਕੁਝ ਖਤਮ ਹੋ ਜਾਣ ਵਾਲਾ ਹੀ, ਇਹ ਸੱਚ ਨਹੀਂ ਹੈ। ਪਰ ਕਹਿੰਦੇ ਕੀ ਬੰਦਾ ਸੁਧਰਿਆ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ, ਬੰਦਾ ਫਿਰ ਵੀ ਉਵੇਂ ਹੀ ਬੇਈਮਾਨ ਹੈ, ਉਵੇਂ ਹੀ ਠੱਗ ਰਿਹਾ, ਉਵੇਂ ਹੀ ਲੁੱਟ ਰਿਹਾ, ਉਵੇਂ ਹੀ ਧੋਖੇਬਾਜ਼ੀ ਕਰ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਾ ਅੱਜ ਤੋਂ 550 ਸਾਲ ਪਹਿਲਾਂ ਅੱਜ ਦੇ ਸਮੇਂ ਦਾ ਜ਼ਿਕਰ ਕੀਤਾ, ਇੱਕ ਇੱਕ ਅੱਖਰ ਮਾਨੋ ਮਾਲਕ ਜੀ ਬਹਿ ਕੇ ਲਿਖ ਰਹੇ ਸਨ ਸਾਡੇ ਜੀਵਨ ਦਾ। ਉਹਨਾਂ ਨੇ ਕੀ ਲਿਖਿਆ ਬਾਣੀ ਵਿੱਚ, ਕਹਿੰਦੇ ਇੱਕ ਸਮਾਂ ਆਏਗਾ ਜਦੋਂ ਬੰਦਾ ਮਾਇਆ ਦਾ ਇੰਨਾ ਕੁ ਜ਼ਿਆਦਾ ਗੁਲਾਮ ਹੋ ਜਾਏਗਾ ਕਿ ਮਾਇਆ ਦੀ ਆਖੀ ਵਿੱਚ ਨੱਚਣ ਲੱਗ ਜਾਏਗਾ ਬੇਸ਼ਰਮ ਹੋ ਕੇ। ਉਹ ਲਿਖਦੇ ਨੇ ਤਾਲ ਮਦਲੀਰੇ ਘੱਟ ਕੇ ਘਾਟ, ਦੌਲਕ ਦੁਨੀਆ ਵਾਜੈ ਨਾਦ, ਨਾਰਦ ਨਾਚੈ ਕਲ ਕਾ ਭਾਓ, ਜਤੀ ਸਤੀ ਕਹਿ ਰੱਖੈ ਪਾਓ। ਕਹਿੰਦੇ ਸਮਾਂ ਆਏਗਾ ਜਦੋਂ ਇੱਕ ਇਮਾਨਦਾਰ ਗੁਰਮੁਖ ਬੰਦੇ ਨਾਲ, ਰੱਬ ਨਾਲ ਜੁੜੇ ਹੋਏ ਬੰਦੇ ਦੇ ਲਈ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹੇਗੀ। ਤੇ ਜਿਹੜਾ ਨਾਰਦ ਹੈ ਨਾ, ਨਾਰਦ ਕਿਹਨੂੰ ਕਿਹਾ ਜਾਂਦਾ, ਜਿਹੜਾ ਬੜਾ ਬੇਈਮਾਨ, ਝੂਠਾ, ਚਲਾਕ ਤੇ ਫਰੇਬੀ ਬੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਆਹ ਬੰਦਾ ਇੱਧਰ ਦੀ ਚੁਗਲੀ, ਉੱਧਰ ਉੱਧਰ ਦੀ ਇੱਧਰ ਕਰਦਾ, ਇਹ ਤੇ ਨਾਰਦ ਹੈ ਜੀ। ਸਤਿਗੁਰੂ ਕਹਿੰਦੇ ਨੇ ਸਮਾਂ ਆਏਗਾ ਜਦੋਂ ਨਾਰਦ ਦੀ ਬਚਲੇ ਬੱਲੇ ਹੋਏਗੀ, ਭਾਵ ਕਿ ਚਾਹ ਪਲੂਸ ਬੰਦੇ ਦੀ ਬੱਲੇ ਬੱਲੇ ਹਰ ਜਗ੍ਹਾ ਤੇ। ਅੱਜ ਵੇਖ ਲਓ ਤੁਸੀਂ ਜਿਹੜਾ ਬੰਦਾ ਤੇ ਚਾਹ ਪਲੂਸ ਹੈ, ਜਿਹੜਾ ਅੱਤ ਦਾ ਕਰੈਕਟਰਲੈਸ ਨੀਵਾਂ ਬੰਦਾ ਹੈ, ਉਹ ਹਰ ਜਗ੍ਹਾ ਤੇ ਪ੍ਰਧਾਨ ਚੌਧਰੀ ਬਣਿਆ ਬੈਠਾ। ਤੇ ਕਹਿੰਦੇ ਜਤੀ ਸਤੀ, ਜਤੀ ਸਤੀ ਦਾ ਮਤਲਬ ਜਿਹੜਾ ਗੁਰਮੁਖ ਬਣ ਗਿਆ, ਅੱਜ ਕਿਤੇ ਕਿਸੇ ਨੇ ਅੰਮ੍ਰਿਤ ਛਕ ਲਿਆ ਹੈ ਨਾ, ਉਹ ਗੁਰੂ ਨਾਲ ਜੁੜ ਗਿਆ, ਉਹਦਾ ਜੀਵਨ ਸਾਦਾ ਸੁਦਾ ਤੇ ਨਿਰਮਲ ਹੋ ਗਿਆ, ਸਾਫ ਸੁਥਰਾ ਹੈ। ਉਹ ਕਿਤੇ ਵਿਆਹ 'ਚ ਵੀ ਚਲਾ ਜਾਏ ਨਾ, ਅਜਿਹਾ ਸ਼ਰਾਬੀ ਬੰਦਾ ਉਹਨੂੰ ਮਜ਼ਾਕ ਕਰਦਾ, ਉਹ ਤੇਰੀ ਕਾਹਦੀ ਜ਼ਿੰਦਗੀ, ਤੇਰਾ ਕਾਹਦਾ ਵਿਆਹ ਹੈ, ਨਾ ਤੂੰ ਕੁਝ ਖਾਣਾ ਅਤੇ ਨਾ ਤੂੰ ਪਾਉਣਾ ਹੈ। ਗੁਰੂ ਨਾਨਕ ਸਾਹਿਬ ਉਦੋਂ ਲਿਖ ਕੇ ਗਏ ਕਿ ਸਮਾਂ ਆਏਗਾ ਅਜਿਹਾ ਨਾਰਦ ਬੰਦਾ ਉਹਨੂੰ ਗੱਲਾਂ ਕਰੇਗਾ, ਉਹਨੂੰ ਉਂਗਲਾਂ ਕਰੇਗਾ। ਕਹਿੰਦੇ ਜਤੀ ਸਤੀ ਕਹਿ ਰੱਖ ਹੈ ਪਾਓ, ਉਹਦੇ ਲਈ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਰਹਿ ਜਾਏਗੀ। ਫਿਰ ਉਹ ਧਰਮੀ ਬੰਦਿਆਂ ਦਾ ਗੱਲ ਕਰਦੇ ਨੇ ਜਿਹੜੇ ਅੱਜ ਧਰਮ ਦਾ ਲਿਬਾਸ ਪਾ ਕੇ, ਕੋਈ ਗ੍ਰੰਥੀ ਹੈ, ਕੋਈ ਰਾਗੀ ਹੈ, ਕੋਈ ਸੰਤ ਹੈ, ਕੋਈ ਪ੍ਰਚਾਰਕ ਹੈ, ਕੋਈ ਜਥੇਦਾਰ ਹੈ, ਉਹਦੇ ਬਾਰੇ ਸਤਿਗੁਰੂ ਅਗਲੀ ਗੱਲ ਲਿਖਦੇ ਨੇ, ਕਹਿੰਦੇ ਸਮਾਂ ਆਏਗਾ ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਕਰ ਆਏ। ਕਹਿੰਦੇ ਉਹ ਸਿੱਖ ਬਣੇਗਾ ਸਿਰਫ ਆਪਣੀ ਰੋਟੀ ਕਮਾਉਣ ਦੇ ਲਈ, ਕਿ ਮੈਨੂੰ ਚਾਰ ਟਕੇ ਬਣ ਜਾਣ,
पैसे बन जान। कहिंदे गुरु कोलों खान आ रहा है गुरु पासों, फिर चेला खाए ताम प्रीत वसै करे आए, वह गुरद्वारे नाल गुरु नाल जुड़िया कि चार टके बन जान, चार पैसे बन जान। पर साहब कहिंदे जिहा बंदा भावें सारी जिंदगी भी गुरु दे नाल जुड़िया रह जाए, किन्नी मर्जी कथा कर लै कीर्तन कर लै, जे गुरु दा अंदर भय नहीं रहा, गुरु दे नाल प्रेम नहीं रहा। साहब कहिंदे जे 100 वरियां जीवन खान, वह 100 साल तक भी गुरद्वारे विच बैठा गुरु गुरु करता रहे, कहिंदे परवान नहीं। परवान कदों है? हुक्म पछाण है, सो दिन परवान जिस दिन उन्हें अपने गुरु दे हुक्म नूं सत करके मन लिया है, जिंदगी विच धारण कर लिया है, गुरु दे उपदेशां नूं जीवन विच कमान लगे, कहिंदे उस दिन दसण दी लोड़ नहीं, वह गुरु दे दर ते परवान हो जाएगा। फिर तीजी गल अखीरली मैं कह के समाप्ति करा, सतगुरु ने एक होर बड़ी वड्डी गल लिखी है, कहिंदे एक दिन समा आएगा रिश्वतखोरी जिहड़ी बुराई बापा दिंदे आ रिश्वत, इहदा जिक्र भी गुरु नानक साहब उदों लिखदे ने, कहिंदे इन्नी कु ज्यादा वध जाएगी कि मन लो दो भरा ने, अज आपां आम ही वेखदे आ, एक भरा चंगा पढ़ लिख के किसी वधिया पोजिशन ते लग गया, चंगी नौकरी लग गया, हुण उहदे कोल इन्नी पावर है कि अपने छोटे भरा नूं वी किते ना किते लवा सकदा है। कहिंदे हुण दसदा अपना सका भरा गरीब है, भुखा मरे, उन्हें उसके कोल जाके तरला करेगा भी भरावा मेरे ते कृपा कर, तेरी ते चलदी है सरकारे दरबारे, तेरा नाँ है, तेरे कोले पावर है, अप्रोच है, मैनू भी किते माड़ा मोटा लवा दे। कहिंदे उसका सका भरा अपने भरा नूं नहीं लवाएगा, जे कोई उन्हूं 10 पैसे 10 टके दे दे ना भी लै मैं तेनू 5-10 लाख रुपया देना है, नौकरी मैनू दे दे। सतगुरु कहिंदे समा आएगा उहदे भरा नूं छड के उह पैसे वाले नूं ला लैगा। बाणी च लिखिया दर्शन देखिया दया ना होए, ले दिते बिन रहे ना कोई, पैसे तो बिना कहिंदे कोई नहीं रहेगा। कि ये गल्लां उदों लिखियां अज नहीं हो रहा, अज भरा भरा एक भरा कोल पता ही नहीं किन्नी कु पूंजी, एक भुखा मर रहा। कहिंदे ले दिते बिन रहे ना कोई, फिर उस तो अगली गल करदे ने, कहिंदे जे तू गरीब है ना ते तेनू न्याय चाहिदा, तू जस्टिस चाहना। सतगुर कहिंदे किसे दे कोल न्याय लैण तां जाई जे तेरे कोल 4 पैसे हैगे ने। राजा न्याओ करे जे हथ होए, जे तेरे हथ विच 4 पैसे 4 रुपये वसदे ने, तू कोई पैसे दे सकना है ते तेनू अदालत चों भी न्याय मिलेगा, तेरी थाने चों सुनी जाएगी, वरना जिंदे कोल 4 पैसे ने सुनी ते उंदी जाएगी। कहिंदे कह खुदाए ना मन है कोए, कहिंदे समा आएगा तू रब दा भी वास्ता पा के बह जाई, तेरी गल किसे ने सुननी नहीं। अखीर दे विच उह लिखदे ने मानस मूरत नानक नाम करनी कुत्ता दर फुरमान, कि आने वाले समय दे विच इंसान इन्ना कु चापलूस हो जाएगा कि जिवें एक कुत्ता अपने मालक दे पिछे दुम हिलांदा फिरदा है ना, कहिंदे उह इवें दी करतूत करन लग जाएगा। ये मैं नहीं कह रहा, सतगुरु ने प्रतख तौर पर आसा की राग बाणी दे अंदर गुरु ग्रंथ साहिब जी के 348 नंबर अंग ते बचन लिखिए कि जे बंदे गुरु नालों टुट गया तेरी हालत ये हो जानी है, फिर तू इस संसार चो तरेगा नहीं। जिहड़ा गल आपां रमता च कीती गुरु साहिब कहिंदे हम देखा तह डूब अले, आ संसार समुंदर है, इंदे च मैं वेख्या कि अपनी अखां नाल देखिया, सुनी हुई गल नहीं कर रहा, सारे लोग मोह दे चिक्कड़ दे विच डुब रहे ने, अपने धियां पुत्रां लई बेईमानियां ठगियां ठोरियां कर रहे ने, पर ओह अखीर विच लिखदे ने मन मेरे भूले कपट ना कीजै अंत नबेरा तेरे जी पै लीजै। भी ये मत सोच कि तेनू इस दा हिसाब नहीं देना पैना, कि उत्थे ते हिसाब तेनू खुद देना पैना है। सतगुर कृपा करे इन्ने विचार प्रवान करने, सतगुरां दे मुबारक शब्द दी विचार करदे होया बेअंत प्रकार दीआं भुल्लां गलतियां हो गईआं हन,
ਸਤਿਗੁਰੂ ਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ।